ਜਹਾਜ਼ ਉਤਰਦੇ ਸਾਰ ਦੋ ਯਾਤਰੀਆਂ ਤੋਂ 64,000 ਸਿਗਰਟਾਂ ਫੜੀਆਂ ਗਈਆਂ ਨੇ, ਜਿਨ੍ਹਾਂ ਦੀ ਕੀਮਤ 10,88,000 ਹੈ। ਦੱਸਦੇ ਕਿ ਇਹ ਦੋ ਯਾਤਰੀ ਮਲੇਸ਼ੀਆ ਤੋਂ ਅੰਮ੍ਰਿਤਸਰ ਪੁੱਜੇ ਸੀ ਚੈਕਿੰਗ ਦੇ ਮੌਕੇ। ਇਹ ਵੱਡਾ ਖੁਲਾਸਾ ਹੋਇਆ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦਾ ਇਹ ਪੂਰਾ ਮਾਮਲਾ ਹੈ। ਏਅਰ ਏਸ਼ੀਆ ਦੀ ਫਲਾਈਟ ਤੋਂ ਪਰਤ ਰਹੇ ਦੋ ਯਾਤਰੀਆਂ ਦੀ ਚੈਕਿੰਗ ਦੌਰਾਨ ਬੈਗ ਦੇ ਵਿੱਚੋਂ ਇਹ ਸਿਗਰਟਾਂ ਮਿਲੀਆਂ ਨੇ, ਜਿਨ੍ਹਾਂ ਦੀ ਕੁੱਲ ਗਿਣਤੀ 64,000 ਹੈ। ਇਹਨਾਂ ਵਿਦੇਸ਼ੀ ਸਿਗਰਟਾਂ ਦੀ ਮਾਰਕੀਟ ਦੇ ਵਿੱਚ ਕੀਮਤ 10,88,000 ਹੈ। ਇਹ ਯਾਤਰੀ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚੇ ਸੀ ਸ਼ੱਕ ਦੇ ਆਧਾਰ ਤੇ। ਜਦੋਂ ਕਸਟਮ ਵਿਭਾਗ ਦੇ ਵੱਲੋਂ ਇਹਨਾਂ ਦੀ ਤਲਾਸ਼ੀ ਲਈ ਗਈ, ਬੈਗ ਦੇ ਵਿੱਚ ਇੱਕ ਇੱਕ ਚੀਜ਼ ਦੇਖੀ ਗਈ ਤਾਂ ਉਸ ਦੇ ਵਿੱਚੋਂ 64,000 ਸਿਗਰਟਾਂ ਬਰਾਮਦ ਹੋਈਆਂ ਨੇ। ਫਿਲਹਾਲ ਇਹਨਾਂ ਤੇ 1962 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। ਤਾਂ ਦੱਸ ਦਈਏ ਕਿ ਏਅਰਪੋਰਟ ਤੇ ਇਹ ਸਿਗਰਟਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਕੁੱਲ 64,000 ਸਿਗਰਟਾਂ ਨੇ, ਜਿਨ੍ਹਾਂ ਦੀ ਕੀਮਤ 10,88,000 ਰੁਪਏ ਹੈ। ਇਹ ਮਲੇਸ਼ੀਆ ਤੋਂ ਅੰਮ੍ਰਿਤਸਰ ਪੁੱਜੇ ਸੀ ਦੋ ਯਾਤਰੀ। ਜਦੋਂ ਇਹਨਾਂ ਦੇ ਬੈਗਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਵਿੱਚੋਂ ਇਹ ਸਿਗਰਟਾਂ ਦਾ ਜ਼ਖੀਰਾ ਜਿਹੜਾ ਉਹ ਬਰਾਮਦ ਕੀਤਾ ਗਿਆ। ਸ਼ੱਕ ਦੇ ਆਧਾਰ ਤੇ ਇਹਨਾਂ ਦੀ ਤਲਾਸ਼ੀ ਲਈ ਗਈ ਸੀ। ਤਾਂ ਦੱਸ ਦਈਏ ਕਿ ਦੋ ਯਾਤਰੀ ਨੇ, ਜਿਨ੍ਹਾਂ ਦੇ ਬੈਗਾਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ 64,000 ਸਿਗਰਟਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਵਿਦੇਸ਼ੀ ਮਾਰਕੀਟ ਦੇ ਵਿੱਚ ਕੀਮਤ 10,88,000 ਰੁਪਏ ਹੈ। ਫਿਲਹਾਲ ਕਸਟਮ ਵਿਭਾਗ ਦੇ ਵੱਲੋਂ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਹਾਜ਼ ਉਤਰਦੇ ਸਾਰ ਦੋ ਯਾਤਰੀਆਂ ਤੋਂ 64,000 ਸਿਗਰਟਾਂ ਫੜੀਆਂ ਗਈਆਂ ਨੇ, ਜਿਨ੍ਹਾਂ ਦੀ ਕੀਮਤ 10,88,000 ਹੈ। ਦੱਸਦੇ ਕਿ ਇਹ ਦੋ ਯਾਤਰੀ ਮਲੇਸ਼ੀਆ ਤੋਂ ਅੰਮ੍ਰਿਤਸਰ ਪੁੱਜੇ ਸੀ ਚੈਕਿੰਗ ਦੇ ਮੌਕੇ। ਇਹ ਵੱਡਾ ਖੁਲਾਸਾ ਹੋਇਆ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਦਾ ਇਹ ਪੂਰਾ ਮਾਮਲਾ ਹੈ। ਏਅਰ ਏਸ਼ੀਆ ਦੀ ਫਲਾਈਟ ਤੋਂ ਪਰਤ ਰਹੇ ਦੋ ਯਾਤਰੀਆਂ ਦੀ ਚੈਕਿੰਗ ਦੌਰਾਨ ਬੈਗ ਦੇ ਵਿੱਚੋਂ ਇਹ ਸਿਗਰਟਾਂ ਮਿਲੀਆਂ ਨੇ, ਜਿਨ੍ਹਾਂ ਦੀ ਕੁੱਲ ਗਿਣਤੀ 64,000 ਹੈ। ਇਹਨਾਂ ਵਿਦੇਸ਼ੀ ਸਿਗਰਟਾਂ ਦੀ ਮਾਰਕੀਟ ਦੇ ਵਿੱਚ ਕੀਮਤ 10,88,000 ਹੈ। ਇਹ ਯਾਤਰੀ ਮਲੇਸ਼ੀਆ ਤੋਂ ਅੰਮ੍ਰਿਤਸਰ ਪਹੁੰਚੇ ਸੀ ਸ਼ੱਕ ਦੇ ਆਧਾਰ ਤੇ। ਜਦੋਂ ਕਸਟਮ ਵਿਭਾਗ ਦੇ ਵੱਲੋਂ ਇਹਨਾਂ ਦੀ ਤਲਾਸ਼ੀ ਲਈ ਗਈ, ਬੈਗ ਦੇ ਵਿੱਚ ਇੱਕ ਇੱਕ ਚੀਜ਼ ਦੇਖੀ ਗਈ ਤਾਂ ਉਸ ਦੇ ਵਿੱਚੋਂ 64,000 ਸਿਗਰਟਾਂ ਬਰਾਮਦ ਹੋਈਆਂ ਨੇ। ਫਿਲਹਾਲ ਇਹਨਾਂ ਤੇ 1962 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। ਤਾਂ ਦੱਸ ਦਈਏ ਕਿ ਏਅਰਪੋਰਟ ਤੇ ਇਹ ਸਿਗਰਟਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ। ਕੁੱਲ 64,000 ਸਿਗਰਟਾਂ ਨੇ, ਜਿਨ੍ਹਾਂ ਦੀ ਕੀਮਤ 10,88,000 ਰੁਪਏ ਹੈ। ਇਹ ਮਲੇਸ਼ੀਆ ਤੋਂ ਅੰਮ੍ਰਿਤਸਰ ਪੁੱਜੇ ਸੀ ਦੋ ਯਾਤਰੀ। ਜਦੋਂ ਇਹਨਾਂ ਦੇ ਬੈਗਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੇ ਵਿੱਚੋਂ ਇਹ ਸਿਗਰਟਾਂ ਦਾ ਜ਼ਖੀਰਾ ਜਿਹੜਾ ਉਹ ਬਰਾਮਦ ਕੀਤਾ ਗਿਆ। ਸ਼ੱਕ ਦੇ ਆਧਾਰ ਤੇ ਇਹਨਾਂ ਦੀ ਤਲਾਸ਼ੀ ਲਈ ਗਈ ਸੀ। ਤਾਂ ਦੱਸ ਦਈਏ ਕਿ ਦੋ ਯਾਤਰੀ ਨੇ, ਜਿਨ੍ਹਾਂ ਦੇ ਬੈਗਾਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਵਿੱਚੋਂ 64,000 ਸਿਗਰਟਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਵਿਦੇਸ਼ੀ ਮਾਰਕੀਟ ਦੇ ਵਿੱਚ ਕੀਮਤ 10,88,000 ਰੁਪਏ ਹੈ। ਫਿਲਹਾਲ ਕਸਟਮ ਵਿਭਾਗ ਦੇ ਵੱਲੋਂ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।